ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਅਤੇ ਆਪ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਦੀ ਅਗਵਾਈ 'ਚ ਹੋਈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਆਗੂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਜਿਹੜੀਆਂ ਲੋਕ ਮਾਰੂ ਲੀਹਾਂ ਤੇ ਕੇਂਦਰ ਸਰਕਾਰ ਚੱਲ ਰਹੀ ਹੈ ਉਹਨਾਂ ਹੀ ਰਾਹਾਂ ਤੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਵਾਂ ਦੇਣ 'ਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਤੇ ਹੁਣ ਬਿਨਾਂ ਕੋਈ ਦੇਰੀ ਕੀਤਿਆਂ ਮੁੱਖ ਮੰਤਰੀ ਨੂੰ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਕੋਰੋਨਾ ਵੈਕਸੀਨ ਮੁਹੱਈਆ ਕਰਵਾਉਣ 'ਚ ਨਾਕਾਮ ਰਹੀ ਹੈ ਤੇ ਸਿਰਫ ਸਿਫਾਰਸ਼ੀ ਲੋਕਾਂ ਦੇ ਹੀ ਵੈਕਸੀਨੇਸ਼ਨ ਹੋ ਰਹੀ ਹੈ ਜਦਕਿ ਆਮ ਲੋਕ ਅਜੇ ਵੀ ਇਸ ਵੈਕਸੀਨ ਤੋਂ ਅਵਿਸਲੇ ਨਜ਼ਰ ਆ ਰਹੇ ਨੇ। ਗੜਦੀਵਾਲਾ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਭੁਪਿੰਦਰ ਸਿੰਘ ਅਤੇ ਨਰੇਸ਼ ਕੁਮਾਰ ਦੀ ਰਿਪੋਰਟ। ਅੱਜ ਅਸੀਂ ਗੜਦੀਵਾਲਾ ਦੇ ਵਿੱਚ ਇਸ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਦੇਖੋ ਜਿਹੜੇ ਕੰਮ ਸੈਂਟਰ ਸਰਕਾਰ ਮੋਦੀ ਸਰਕਾਰ ਕਰਦੀ ਸੀ ਮਨ ਕੀ ਬਾਤ, ਅੱਜ ਤੱਕ ਉਹ ਮਨ ਕੀ ਬਾਤ ਹਮੇਸ਼ਾ ਝੂਠ ਕੀ ਬਾਤ ਹੀ ਰਹੀ ਹੈ। ਤਾਂ ਉਸ ਹਿਸਾਬ ਨਾਲ ਕੈਪਟਨ ਸਾਹਿਬ ਕਰਨ ਲੱਗ ਪਿਆ ਮਨ ਕੀ ਬਾਤ। ਸਰਪੰਚਾਂ ਨੂੰ ਇਹ ਪੁੱਛਣਾ ਚਾਹੀਦਾ ਆ ਕਿ ਜਿਹੜੇ ਅਸੀਂ ਸਰਕਾਰ ਨੇ ਪ੍ਰਬੰਧ ਕੀਤੇ ਆ ਜਾਂ ਜਿਹੜਾ ਕੋਵਿਡ ਲਈ ਅਸੀਂ ਜੋ ਕਰ ਰਹੇ ਹਾਂ ਵੀ ਉਹ ਗਰਾਊਂਡ ਲੈਵਲ 'ਤੇ ਠੀਕ ਚੱਲ ਰਿਹਾ। ਪੁੱਛਣਾ ਤਾਂ ਮਤਲਬ ਇਹ ਸੀਗਾ ਮਨ ਕੀ ਬਾਤ ਦੇ ਵਿੱਚ ਤਾਂ ਆਪਣੀ ਮਨ ਕੀ ਬਾਤ ਕਰ ਲਓ, ਕਿਸੇ ਦੀ ਸੁਣੋ ਨਾ। ਇਹਨਾਂ ਨੂੰ ਸਰਪੰਚਾਂ ਤੋਂ ਪਿੰਡ ਦੀਆਂ ਪੰਚਾਇਤਾਂ ਕੋਲੋਂ ਭਾਈਚਾਰੇ ਕੋਲੋਂ ਲੋਕਾਂ ਕੋਲੋਂ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਕੋਰੋਨਾ ਦੇ ਟਾਈਮ ਦੇ ਵਿੱਚ ਅਸੀਂ ਚੰਗੇ ਹੌਸਪੀਟਲਾਂ ਦਾ ਪ੍ਰਬੰਧ ਨਹੀਂ ਕਰ ਸਕੇ, ਅਸੀਂ ਟਾਈਮ ਟੂ ਟਾਈਮ ਦਵਾਈਆਂ ਨਹੀਂ ਪਹੁੰਚਾ ਸਕੇ, ਅਸੀਂ ਆਕਸੀਜਨ ਨਹੀਂ ਦੇ ਸਕੇ ਲੋਕਾਂ ਨੂੰ, ਉਹਦੇ ਲਈ ਅਸੀਂ ਮਾਫ਼ੀ ਮੰਗਦੇ। ਮੰਗਣੀ ਤਾਂ ਇਹ ਚਾਹੀਦੀ ਆ, ਨਾ ਫਤਿਹ ਕਿੱਟ ਕਿਸੇ ਨੂੰ ਦੇ ਚੁੱਕੇ, ਨਾ ਆਕਸੀਜਨ ਪ੍ਰੋਵਾਈਡ ਕਰਾ ਸਕੇ, ਨਾ ਕੋਰੋਨਾ ਦੀ ਦਵਾਈ ਪ੍ਰੋਵਾਈਡ ਕਰਾ ਸਕੇ। ਹੋ ਕੀ ਰਿਹਾ ਕਿ ਜ਼ਿਲ੍ਹੇ ਦੇ ਵਿੱਚ ਕਿਸੇ ਕੋਲੋਂ ਜਦੋਂ ਹੁਸ਼ਿਆਰਪੁਰੋਂ ਕੋਈ ਵੈਕਸੀਨ ਲੈਣ ਜਾਂਦਾ ਆ ਤਾਂ ਕਿਸੇ ਨੂੰ 100 ਮਿਲਦੀ, ਕਿਸੇ ਨੂੰ 50 ਮਿਲਦੀ ਆ। ਤਾਂ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ 2.5 ਲੱਖ ਤੋਂ ਲੈ ਕੇ 3 ਲੱਖ ਤੱਕ ਆਬਾਦੀ ਆ। ਜੇ ਰੋਜ਼ ਦੀ 50 ਆ ਗਈਆਂ, 100 ਆ ਗਈਆਂ, 150 ਆ ਗਏ, 200 ਵੀ ਆ ਗਏ ਤਾਂ ਰੋਜ਼ ਦੇ ਕਿੰਨੇ ਇਹ ਕਿੰਨੇ ਚਿਰ 'ਚ ਕਵਰ ਕਰਨਗੇ ਸਰਕਾਰ। ਇਸ ਕਰਕੇ ਸਰਕਾਰ ਫੇਲ ਹੈ ਇਹਨਾਂ ਨੂੰ ਲੋਕਾਂ ਤੋਂ ਹੌਸਪੀਟਲਾਂ ਦੇ ਮਾੜੇ ਵਰਤੀਏ ਲਈ, ਮਾੜਾ ਸਿਸਟਮ ਲਈ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਕੈਪਟਨ ਸਾਹਿਬ ਤੋਂ। ਸਾਡੇ ਹੁਣ ਦੇਖ ਲਓ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਾਂ ਤਾਂ ਪਹਿਲਾਂ ਓਨਲੀ ਹੁਸ਼ਿਆਰਪੁਰ ਹੀ ਸੀਗਾ ਕੋਵਿਡ ਦਾ ਹੌਸਪੀਟਲ ਸਰਕਾਰੀ, ਉਹਦੇ ਵਿੱਚ ਵੀ ਜਦੋਂ ਅਸੀਂ ਦੇਖਣ ਗਏ ਤਾਂ ਲੋਕ ਬਾਹਰ ਤੱਕ ਲਾਈਨਾਂ ਲੱਗੀਆਂ, ਆਕਸੀਜਨ ਨਹੀਂ ਕਿਸੇ ਨੂੰ ਮਿਲਦੀ, ਕੋਈ ਬਿਲ ਕਰਿਆ ਸੀਗਾ। ਤਾਂ ਕਹਿ ਕੂ ਕੇ ਅਸੀਂ ਦਸੂਹੇ 30 ਬੈੱਡ ਦੀ ਹੁਣ ਜਿੱਥੇ ਲੋਕਾਂ ਨੂੰ ਫੈਸਿਲਿਟੀ ਮਿਲ ਸਕਦੀ ਕਿ 30 ਬੈੱਡ ਆ, 30 ਬੈੱਡ ਦੇ ਨਾਲ ਆਕਸੀਜਨ ਆ। ਉਸ ਤੋਂ ਉਪਰੰਤ ਸਾਡੇ ਕੋਲ ਅੰਮ੍ਰਿਤਸਰੀ ਆ, ਹੋਰ ਕੋਈ ਇਹ ਪ੍ਰਬੰਧ ਹੀ ਨਹੀਂ ਕਰ ਸਕੇ। ਡਿਸਪੈਂਸਰੀਆਂ ਦੇ ਵਿੱਚ ਜੇ ਹੁਣ ਟਾਂਡੇ ਦੀ ਲਾ ਲਓ, 9 ਡਿਸਪੈਂਸਰੀਆਂ ਤਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਾਂ ਡਾਕਟਰ 2 ਆ, ਨਾ ਤਾਂ ਇਹ ਪਿੰਡਾਂ ਤੱਕ ਹਾਲੇ ਤੱਕ ਸਹੀ ਕੋਰੋਨਾ ਦੀ ਦਵਾਈ ਪਹੁੰਚਾ ਸਕੇ, ਨਾ ਵੈਕਸੀਨ ਪਹੁੰਚਾ ਸਕੇ ਆ। ਸਿਰਫ ਉਹ ਵੀ ਸਿਫਾਰਸ਼ੀ ਜਿਹੜੇ ਕੁਛ ਲੋਕ ਆ ਉਹਨਾਂ ਦੇ ਲੱਗੀ ਜਾ ਰਿਹਾ, ਆਮ ਪਬਲਿਕ ਦੇ ਤਾਂ ਲੱਗ ਹੀ ਨਹੀਂ ਰਿਹਾ। ਤਾਂ ਕੈਪਟਨ ਸਰਕਾਰ ਨੂੰ ਚਾਹੀਦਾ ਆ ਲੋਕਾਂ ਤੋਂ ਮਾਫ਼ੀ ਮੰਗਣ, ਤਾਂ ਗਾਂਹ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਨ ਔਰ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ, ਕਿਉਂਕਿ 70-75% ਪਿੰਡਾਂ ਦੀ ਆਬਾਦੀ ਆ, ਉਹਦੇ ਕਰਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਲਾਉਣੀ ਚਾਹੀਦੀ ਆ ਜਿਹਦੇ ਨਾਲ ਕੋਰੋਨੇ ਨੂੰ ਜਿੱਤਿਆ ਜਾ ਸਕੇ, ਠੀਕ ਹੈ ਨਾ। ਪਰ ਹੋ ਸਾਰਾ ਕੁਛ ਉਲਟ ਰਿਹਾ ਅੱਜ ਤੱਕ, ਦੇਖੋ ਸਰਕਾਰ ਇੰਨੀ ਨਿਕੰਮੀ ਆ ਔਰ ਕਿੰਨੀਆਂ ਸੰਸਥਾਵਾਂ ਨੇ, ਕਿੰਨੇ ਗੁਰਦੁਆਰਾ ਸਾਹਿਬਾਨਾਂ ਨੇ ਮੁਫ਼ਤ ਦੇ ਵਿੱਚ ਲੋਕਾਂ ਨੂੰ ਆਕਸੀਜਨ, ਲੋਕਾਂ ਨੇ ਆਪਣੇ ਜਗ੍ਹਾ ਦੇ ਕੇ ਹੌਸਪੀਟਲ ਵਾਲੀ ਜਗ੍ਹਾ ਉੱਥੇ ਪ੍ਰੋਵਾਈਡ ਕਰਾਈ ਕਿ ਲੋਕਾਂ ਨੂੰ ਘੱਟੋ ਘੱਟ ਆਕਸੀਜਨ। ਇਹਨਾਂ ਦੇ ਮੂੰਹ ਟੁੱਟ ਜਾਣੇ ਨਹੀਂ ਕਿਸੇ ਸੰਸਥਾ ਦਾ, ਕਿਸੇ ਗਰੁੱਪ ਘਰ ਦੀ ਮੂੰਹ ਤੋਂ ਸਿਫਤ ਕੀਤੀ ਹੋਵੇ ਉਹਨਾਂ ਦੀ। ਇਹਨਾਂ ਨੇ ਹੌਂਸਲਾ ਤਾਂ ਕੀ ਸੰਸਥਾਵਾਂ ਦਾ ਵਧਾਉਣਾ, ਇਹਨੀ ਤਾਂ ਮੂੰਹ 'ਚੋਂ ਵੀ ਨਹੀਂ ਕੁਛ ਬੋਲਿਆ ਉਹਨਾਂ ਦੇ ਲਫ਼ਜ਼। ਸਾਡੇ ਟਾਂਡੇ ਦੇ ਵਿੱਚ ਦੇਖੋ 2.5-3 ਲੱਖ ਦੀ ਆਬਾਦੀ ਦੇ ਪਿੱਛੇ ਸਿਰਫ ਇੱਕ ਰਾਮਪੁਰ ਖੇੜੇ ਬਾਬਾ ਹਰਨਾਮ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਆਕਸੀਜਨ ਦੀ ਪ੍ਰੋਵਾਈਡ ਕਰਾਈ ਉਹਨੇ ਮਹਾਂਪੁਰਖਾਂ ਨੇ, ਮੈਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ। ਉਪਰੰਤ ਬਾਬਾ ਦੀਪ ਸਿੰਘ ਸੁਸਾਇਟੀ ਵਾਲਿਆਂ ਨੇ ਉਪਰਾਲਾ ਕੀਤਾ ਆ,
होर भी कई समाज सेवी लोग है जिन्हें उपराला किया तो लोगों ऑक्सीजन मिली। एक दिन मैं घटना दसदा टांडे हल्के की कि सानू माता नू एक पट्टियां दी माता सी जिन्हों सड़क के उत्ते बिठा के ऑक्सीजन सिलेंडर लाना पिया उसनू किसी ने दाखिल ही नहीं किया ना किसी ने ऑक्सीजन लाई सी। तो परमात्मा का शुक्र हुआ जिस स्टिल लाइफ के बच्चे तो मैं जिन्हिया भी संस्थावां पंजाब दियां जिन्हें भी गुरुद्वारे आ जिन्हें भी धर्मां ने मंदिरां ने मस्जिद वाले ने मुसलमानों ने जिन्हें जिन्हें भी इस कोविड के विच हेल्प की असी उन्हां दियां दिल दियां गहराइयां तो धन्यवाद करते हैं और मालक अगे अरदास करते हैं सच्चे पातशाह उन्हां ते चढ़दी कला रखी जे समाज सेवी लोगों ने जिन्हां ने औखे टाइम के पब्लिक नाल खड़े आ।